ਲਓ ਵੀ ਦੋਸਤੋ, ਜਿਹੜਾ ਨਰਾਇਣਗੜ੍ਹ ਪਿੰਡ ਗਊਸ਼ਾਲਾ ਦੇ ਵਿੱਚ ਡਰਾ ਨਿਕਲਿਆ ਸੀਗਾ 20 ਜਨਵਰੀ ਨੂੰ ਡਰਾ ਨਿਕਲਿਆ ਸੀਗਾ, ਉਹਦੇ ਵਿੱਚ ਆ ਜਿਹੜੇ ਸਰਦਾਰ ਜੀ ਤੁਸੀਂ ਦੇਖੀ ਜਾਂਦੇ ਹੋ ਨਾਭੀ ਪੱਗ ਵਾਲੇ, ਇਹਨਾਂ ਨੂੰ ਥਾਰ ਗੱਡੀ ਨਿਕਲੀ ਸੀ, ਠੀਕ ਆ, ਅਤੇ ਅੱਜ ਉਹਨਾਂ ਦੀ ਕਾਰਵਾਈ ਜਿਹੜੀ ਸਾਰੀ ਪੂਰੀ ਹੋ ਚੁੱਕੀ ਆ, ਠੀਕ ਆ ਬਾਈ ਜੀ, ਅਤੇ ਬਾਈ ਨਾਲ ਗੱਲਬਾਤ ਕਰਦੇ ਹਾਂ ਵੀ ਤੁਹਾਨੂੰ ਗੱਡੀ ਮਿਲ ਗਈ ਜਾਂ ਕੈਸ਼ ਮਿਲਿਆ ਜੋ ਵੀ ਕੁਛ ਆ, ਬਾਈ ਨਾਲ ਗੱਲਬਾਤ ਕਰਦੇ ਹਾਂ, ਜ਼ਿਲ੍ਹਾ ਪਿੰਡ ਕਿੰਨੀਆਂ ਟਿਕਟਾਂ ਪਾਈਆਂ ਸੀ, ਠੀਕ ਆ, ਆਨਲਾਈਨ ਪਈਆਂ ਸੀ ਆਫਲਾਈਨ ਪਾਈਆਂ ਸੀ, ਬਾਈ ਨਾਲ ਗੱਲਬਾਤ ਕਰਦੇ ਹਾਂ ਆਪਾਂ। ਬਾਈ ਜੀ ਕੀ ਹਾਲ ਚਾਲ ਆ? ਪਹਿਲਾਂ ਤਾਂ ਤੁਸੀਂ ਖਾਲਸਾ ਰੂਪ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਾਈ ਜੀ ਤੁਸੀਂ ਇਹ ਦੱਸੋ ਕਿਹੜਾ ਪਿੰਡ ਆ ਤੇ ਕਿਹੜਾ ਜ਼ਿਲ੍ਹਾ ਗਾ? ਪਿੰਡ ਸਮਾਲਸਰ ਹੈ ਜੀ। ਸਮਾਲਸਰ ਜ਼ਿਲ੍ਹਾ ਮੋਗਾ ਹੈ। ਜ਼ਿਲ੍ਹਾ ਮੋਗਾ ਹੈ ਤੁਹਾਡਾ? ਹਾਂਜੀ ਹਾਂਜੀ। ਅੱਛਾ, ਤੁਸੀਂ ਬਾਈ ਕਿੰਨੀਆਂ ਟਿਕਟਾਂ ਪਾਈਆਂ ਸੀ? ਇਹ 500 ਦੀ ਪਾਈ ਸੀ। 500 ਦੀਆਂ ਦੋ ਟਿਕਟਾਂ ਮਿਲ ਗਈਆਂ ਤੁਹਾਨੂੰ? 500 ਦੀ, ਇੱਕ ਮਿੰਨੀ ਦੀ, ਇੱਕ ਮੇਨ ਦੀ। ਠੀਕ ਆ ਬਾਈ ਜੀ, ਤੁਹਾਨੂੰ ਥਾਰ ਗੱਡੀ ਨਿਕਲੀ ਸੀ ਜਿਹਦਾ ਪਰਚੀ ਨੰਬਰ ਸੀ 2180। ਹਾਂਜੀ ਹਾਂਜੀ, ਆਈ ਸੀ ਨਾ? ਹਾਂਜੀ ਹਾਂਜੀ। ਠੀਕ ਆ, ਅੱਜ ਤਰੀਕ ਹੈਗੀ ਕਿੰਨੀ ਬਾਈ? ਅੱਜ 25 ਹੈ। 25 ਤਰੀਕ ਆ, ਦੋ ਤਿੰਨ ਦਿਨਾਂ ਚਲੋ ਬਿਜਲੀ ਲੰਘ ਕੇ ਪ੍ਰੋਸੈਸ ਸੀਗਾ ਹਨਾ, ਬਾਈ ਵੀ ਰਾਏ ਕਰਨ ਲੱਗ ਗਿਆ। ਹਾਂ ਬਾਬਾ ਜੀ, ਹੁਣ ਦੱਸੋ ਤੁਸੀਂ ਵੀ ਤੁਹਾਨੂੰ ਕੀ ਚੀਜ਼ ਦਿੱਤੀ ਆ ਬਾਈਆਂ ਨੇ, ਕੁਲਵਿੰਦਰ ਤੁਹਾਡੇ ਨਾਲ ਆ ਕਮੇਟੀ ਮੈਂਬਰ ਨੇ। ਹਾਂਜੀ, ਤੇ ਪਹਿਲਾਂ ਤੁਸੀਂ ਥਾਰ ਗੱਡੀ ਬੁੱਕ ਕਰਾਈ ਸੀ, ਤੁਹਾਡੀ ਸਲਿੱਪ ਤੁਹਾਡੇ ਹੱਥ 'ਚ ਆ ਨਾ, ਇਹ ਮੈਂ ਦਿਖਾ ਦੋ ਬਾਈਆਂ ਨੂੰ ਇੱਕ ਵਾਰੀ। ਹਾਂਜੀ, ਆਹ ਦੇਖੋ ਬਾਈ, ਆਹ ਥਾਰ ਬੁੱਕ ਕਰਾਈ ਹੋਈ ਸੀ, ਆਹ ਬਾਈ ਦਾ ਨਾਂ ਇੱਥੇ ਕ੍ਰਿਸ਼ਨ, ਆਹ ਸੀ ਕ੍ਰਿਸ਼ਨ ਸਿੰਘ, ਤੇ ਇਹ ਥਾਰ ਗੱਡੀ ਬੁੱਕ ਕਰਾਈ ਸੀ। ਬਾਬਾ ਹੁਣ ਕੀ ਪ੍ਰੋਸੀਜਰ ਬਣ ਗਿਆ ਸਾਰਾ ਇਹ? ਪ੍ਰੋਸੀਜਰ ਇਹ ਬਣਿਆ ਜੀ, ਸਾਡੀ ਰਾਏ ਬਦਲ ਗਈ, ਅਸੀਂ ਬੁਕਿੰਗ ਕਰਾ ਲਈ ਸੀ ਗੱਡੀ ਦੀ। ਕਰਾ ਲਈ ਸੀ? ਠੀਕ ਹੈ, ਹਾਂ ਕਰਾ ਲਈ ਸੀਗੀ। ਠੀਕ ਹੈ ਜੀ। ਫਿਰ ਇਹਨਾਂ ਬਾਈਆਂ ਨੇ ਜਿਹੜਾ ਸਾਨੂੰ ਬਣਦਾ ਸੀਗਾ ਹਿਸਾਬ ਕਿਤਾਬ, ਜੋ ਗੱਡੀ ਦਾ ਰਕਮ ਬਣਦੀ ਸੀ, ਸਾਨੂੰ ਕੈਸ਼ ਦਿੱਤਾ ਇਹਨਾਂ ਨੇ। ਅੱਜ ਕੈਸ਼ ਦਿੱਤਾ? ਅੱਜ ਕੈਸ਼ ਦਿੱਤਾ ਪੂਰਾ। ਹਾਂ ਠੀਕ ਆ, ਤੇ ਅਸੀਂ ਆਪਦੀ ਸ਼ਰਧਾ ਦੇ ਅਨੁਸਾਰ ਹਾਂਜੀ ਗਊਸ਼ਾਲਾ ਨੂੰ ਵੀ ਦਾਨ ਕਰ ਚੱਕਿਆ ਜਿਹਨਾਂ ਸਾਡਾ ਮਨ ਸੀਗਾ। ਪਹਿਲਾਂ ਤੁਸੀਂ ਗੱਡੀ ਬੁੱਕ ਕਰਾਈ ਸੀ, ਉਦੋਂ ਬਾਅਦ ਰਾਏ ਤੁਹਾਡੀ ਬਦਲ ਗਈ, ਸਾਡੀ ਰਾਏ ਬਦਲ ਗਈ, ਤੁਸੀਂ ਹੁਣ ਕੈਸ਼ ਬਾਈਆਂ ਨੂੰ। ਬਾਈ ਜੀ ਤੁਸੀਂ ਖੁਸ਼ ਹੋ? ਠੀਕ ਆ ਬਾਈ ਜੀ, ਇਹਨਾਂ ਕੈਸ਼ ਮਿਲ ਗਿਆ ਤੁਹਾਨੂੰ? ਧੰਨਵਾਦ ਕਰਦੇ ਹਾਂ ਸਮਾਲਸਰ ਵਾਲੇ ਦਾ, ਜਿਨ੍ਹਾਂ ਨੇ ਗਊਸ਼ਾਲਾ ਨੂੰ ਵੀ ਪੂਰੇ ਵਧੀਆ ਦਿਲ ਖੋਲ ਕੇ ਗਵਾਈਆਂ ਨੇ ਦਾਨ ਕੀਤਾ ਗਾ। ਅਸੀਂ ਕਹਿੰਦੇ ਹਾਂ ਪ੍ਰਮਾਤਮਾ ਗੁਰੂ ਰਾਮਦਾਸ ਜੀ ਜਿਹੜੇ ਵੀ ਇਹਨਾਂ ਨੂੰ ਪੈਸੇ ਦਿੱਤੇ ਨੇ ਬਾਈਆਂ ਨੇ, ਇਹਦੇ ਭਰਾ ਦੇ ਚੰਗੇ ਥਾਂ ਲੱਗਣ, ਇਹੀ ਅਰਦਾਸ ਆ। ਤੇ ਜਿਹੜੀ ਕਾਰਵਾਈ ਸੀ ਥਾਰ ਗੱਡੀ ਦੀ ਸਾਰੀ ਪੂਰੀ ਹੋ ਚੁੱਕੀ ਆ। ਹਾਂ ਪੂਰੀ ਹੋ ਚੁੱਕੀ ਆ। ਅੱਜ ਬਾਰੇ ਕਿੰਨੀ ਆ? 25 ਤਰੀਕ। ਅੱਜ 25 ਜਨਵਰੀ ਆ ਤੇ ਸਾਡਾ ਹਿਸਾਬ ਕਿਤਾਬ ਸਾਰਾ ਬਈ ਓਕੇ ਹੋ ਗਿਆ। ਤੁਹਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ, ਕੋਈ ਬਾਕੀ ਹੋਇਆ ਕੁਛ ਨਹੀਂ ਬਾਈ? ਅਸੀਂ ਖੁਸ਼ ਆ ਬਾਈ। ਤੁਸੀਂ ਬਾਈ ਖੁਸ਼ ਹੋ, ਸੰਤੁਸ਼ਟ ਹੋਣਾ? ਹਾਂਜੀ ਹਾਂਜੀ। ਬਾਈ ਜੀ ਤੁਹਾਨੂੰ ਕੋਈ ਕਮੈਂਟ ਕਰੇ, ਤੁਹਾਨੂੰ ਕੋਈ ਗੱਲ ਕਰੇ, ਤੁਸੀਂ ਸਾਰਿਆਂ ਨੂੰ ਦੱਸਣਾ ਵੀ ਅਸੀਂ ਪੇਮੈਂਟ ਲੈ ਚੁੱਕੇ ਹਾਂ। ਠੀਕ ਨਾ ਬਾਈ? ਪਰਮਾਤਮਾ ਤੁਹਾਡੇ ਚੰਗੇ ਥਾਂ ਪੈਸੇ ਲਵਾਵੇ ਤੇ ਤੁਹਾਨੂੰ ਪਰਮਾਤਮਾ ਖੁਸ਼ੀਆਂ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।